ਬਹੁਤ ਵਧੀਆ ਰਿਜ਼ਲਟ ਹੈ ਜੀ। ਠੀਕ ਹੈ ਜੀ, ਬਹੁਤ ਹੀ ਵਧੀਆ। ਸਾਰੇ ਗੇਅਰਾਂ 'ਚ ਲਾ ਕੇ ਦੇਖ ਲਓ, ਪੂਰਾ ਖਿੱਚਦਾ। ਠੀਕ ਹੈ, ਜਿਵੇਂ ਤੁਸੀਂ ਹੁਣ ਜੌਨ ਡੀਅਰ ਸਾਰੇ ਟਰੈਕਟਰ। ਹਾਂਜੀ ਕਿਸਾਨ ਵੀਰੋ, ਸਰਬਣ ਸਿੰਘ ਵਾਲੇ ਤੋਤੇ ਹਲ ਨੇ ਆਪਣੇ 7 ਟੈਨਾਂ ਵਾਲੇ ਜੀ, ਪਿੱਛੇ 4 ਅੱਗੇ 3 ਜੀ, 2055 ਫੋਰ ਵੀਲ ਡਰਾਈਵ ਆ ਜੀ। ਲਓ ਜੀ ਚੈੱਕ ਕਰ ਲਓ, ਸਰਬਣ ਸਿੰਘ ਵਾਲੇ ਨੇ ਲਓ। ਹਾਂਜੀ ਕਿਸਾਨ ਵੀਰੋ, ਅੱਜ ਆਪਾਂ ਫੋਰ ਵੀਲ ਡਰਾਈਵ ਚੱਲ ਰਿਹਾ ਤੋਤੇ ਹਲਾਂ 'ਤੇ। ਲਓ ਜੀ ਚੈੱਕ ਕਰੋ ਟਰੈਕਟਰ ਦੀ ਜ਼ੋਰ, ਚੈੱਕ ਕਰੋ ਇੰਜਣ ਦਾ ਕਲੋਸ ਕਰਦਾ ਜੀ। ਲਓ ਜੀ ਫੋਰ ਵੀਲ ਡਰਾਈਵ ਚੱਲ ਰਿਹਾ ਤੋਤੇ ਹਲਾਂ 'ਤੇ, ਅੱਧਾ ਘੰਟਾ ਹੋ ਗਿਆ ਟਰੈਕਟਰ ਨੂੰ ਚੱਲਦੇ ਨੂੰ। ਪੂਰਾ ਖਾਲੀ, ਪੂਰਾ ਫੁੱਲ ਜ਼ੋਰ ਮਾਰ ਰਿਹਾ। ਪਰਫੋਰਮੈਂਸ ਚੈੱਕ ਕਰੋ ਜੀ, ਫੋਰ ਵੀਲ ਡਰਾਈਵ ਟਰੈਕਟਰ ਆ ਜੀ ਐਗਰੀ ਕਿੰਗ ਦਾ, ਉੱਤੇ ਹਲਾਂ 'ਤੇ ਜੀ। ਬਾਕੀ ਪੂਨੇ ਵਾਲਾ ਇੰਜਣ ਆ ਜੀ, ਕਲੋਸ ਕਰਦਾ 3120 cc ਦਾ ਇੰਜਣ ਆ, 3 ਸਿਲੰਡਰ ਇਨਲਾਈਨ ਪੰਪ ਦੇ ਨਾਲ ਜੀ, ਬੋਸ਼ ਦਾ ਇਨਲਾਈਨ ਪੰਪ ਲੱਗਿਆ ਹੋਇਆ ਟਰੈਕਟਰ ਦੇ ਵਿੱਚ। ਜਿਹੜੀ ਇਹਦੇ ਟਰੈਕਟਰ ਦੀ ਫਿਊਲ ਲੈਣ ਦੀ ਸ਼ਮਤਾ ਬਹੁਤ ਹੀ ਘੱਟ ਆ। ਬਾਕੀ ਜ਼ੋਰ ਦੇ ਮਾਮਲੇ 'ਚ ਬਹੁਤ ਜ਼ਬਰਦਸਤ ਆ, ਅਤੇ ਟਰਨਿੰਗ ਰੇਡੀਅਸ ਵੀ ਬਹੁਤ ਆ ਟਰੈਕਟਰ ਦਾ। ਪੂਰੀ ਮਿੱਟੀ ਥੱਲੇ ਤੱਕ ਜਾਂਦੀਆਂ ਨੇ ਫੁੱਲ ਟੈਨਾਂ, ਪਹਿਲੇ ਹਾਈ 'ਚ ਧੂਈਂ ਫਿਰਦਾ ਜੀ। ਬਾਕੀ ਬਾਈਆਂ ਨੂੰ ਆਪਾਂ ਪੁੱਛਦੇ, ਇਹਨਾਂ ਨੇ ਸਾਰੇ ਟਰੈਕਟਰ ਚਲਾਏ ਹੋਏ ਨੇ। ਉੱਧਰ ਆਪਣਾ ਡਰਾਈਵਰ ਵੀਰ ਗੁਰਪ੍ਰੀਤ ਬੈਠਾ, ਉਹਨੂੰ ਪੁੱਛਦੇ ਹਾਂ ਜੀ। ਹਾਂਜੀ ਕਿਵੇਂ ਲੱਗਿਆ ਟਰੈਕਟਰ ਚਲਾ ਕੇ ਤੁਹਾਨੂੰ? ਵਧੀਆ ਲੱਗਿਆ ਬਾਈ। ਕਿਹੜੇ ਗੇਅਰ 'ਚ ਚਲਾਇਆ ਜੀ ਆਪਾਂ? ਦੂਏ ਹਾਈ 'ਚ। ਪਹਿਲੇ 'ਚ ਵੀ? ਪਹਿਲੇ 'ਚ ਵੀ। ਕਿਵੇਂ ਆ ਖਚਾਈ ਇੰਜਣ ਦੀ? ਵਧੀਆ ਵਧੀਆ ਖਚਾਈ। ਦਬਦਾ ਕਿ ਵੱਧ ਅੱਗੇ ਨੂੰ? ਨਹੀਂ ਨਹੀਂ ਦਬਦਾ ਨਹੀਂ। ਅੱਛਾ ਜੀ, ਪਹਿਲਾਂ ਤੁਸੀਂ ਕਿਹੜੇ ਕਿਹੜੇ ਟਰੈਕਟਰ ਚਲਾਏ ਨੇ? ਸਾਰੇ ਜੀ। ਸਾਰੇ ਆਪਣੇ ਕੋਲ ਪਹਿਲਾਂ ਐਗਰੀ ਕਿੰਗ ਹੈਗਾ ਜੀ? ਹੈਗਾ ਹੈਗਾ ਜੀ। ਅੱਛਾ ਜੀ, ਲਓ ਜੀ ਇਹਨਾਂ ਕੋਲ 2 ਵੀਲ ਡਰਾਈਵ 2055 ਪਹਿਲਾਂ ਵੀ ਆ, ਅਤੇ ਟਰੈਕਟਰ ਕਹਿੰਦੇ ਬਹੁਤ ਵਧੀਆ ਚੱਲ ਰਿਹਾ। ਇੱਧਰ ਆਪਾਂ ਗੁਰਪ੍ਰੀਤ ਬਾਈ ਨੂੰ ਵੀ ਪੁੱਛ ਲੈਂਦੇ ਹਾਂ, ਤੁਸੀਂ ਦੱਸੋ ਜੀ ਕਿਵੇਂ ਚੱਲ ਰਿਹਾ? ਬਹੁਤ ਵਧੀਆ ਰਿਜ਼ਲਟ ਆ ਜੀ। ਠੀਕ ਆ ਜੀ, ਬਹੁਤ ਹੀ ਵਧੀਆ। ਸਾਰੇ ਗੇਅਰਾਂ 'ਚ ਲਾ ਕੇ ਦੇਖ ਲਓ, ਪੂਰਾ ਖਿੱਚਦਾ। ਠੀਕ ਹੈ, ਜਿਵੇਂ ਤੁਸੀਂ ਹੁਣ ਜੌਨ ਡੀਅਰ ਸਾਰੇ ਟਰੈਕਟਰ ਸਵਰਾਜ ਚਲਾ ਕੇ ਦੇਖੇ ਨੇ, ਕਿਵੇਂ ਆ ਖਿਚਾਈ ਟਰੈਕਟਰ ਦੀ? ਵਧੀਆ ਖਿਚਾਈ ਹੈ ਜੀ। ਠੀਕ ਹੈ, ਐਵੇਂ ਕਹਿ ਦਈਏ ਬਹੁਤ ਵਧੀਆ ਖਿਚਾਈ ਹੈ। ਚਲੋ ਜੀ, ਧੰਨਵਾਦ ਜੀ ਤੁਹਾਡਾ।